ਬੱਚਿਓ ਅੱਜ ਅਸੀਂ ਜਮਾਤ 5ਵੀਂ ਦਾ ਵਿਸ਼ਾ ईवीएस ਪਾਠ ਨੰਬਰ 9 ਜੰਗਲ ਅਤੇ ਜੀਵਨ ਬਾਰੇ ਪੜਾਂਗੇ ਬੱਚਿਓ ਜੰਗਲਾਂ ਬਾਰੇ ਪੜਾਂਗੇ ਤੇ ਜੰਗਲਾਂ ਵਿੱਚ ਜਿਹੜੇ ਜੀਵ ਜੰਤੂ ਰਹਿੰਦੇ ਹੈ ਆਦੀਵਾਸੀ ਰਹਿੰਦੇ ਹੈ ਉਹਨਾਂ ਬਾਰੇ ਪੜਾਂਗੇ ਆਓ ਵਿੱਚ ਸ਼ੁਰੂ ਕਰੀਏ ਪਾਠ ਨੰਬਰ 9 ਜੰਗਲ ਅਤੇ ਜੀਵਨ ਉਹ ਦਿਨ ਮੈਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲਦਾ ਮੇਰੇ ਸ਼ਹਿਰ ਦੇ ਪ੍ਰਸਿੱਧ ਪਾਰਕ ਵਿੱਚ ਇੱਕ ਇਕੱਠ ਹੋਇਆ ਕਿਸੇ ਸੰਸਥਾ ਵੱਲੋਂ ਇੱਕ ਡਾਕੂਮੈਂਟਰੀ ਫਿਲਮ ਦਿਖਾਈ ਗਈ ਇਹ ਫਿਲਮ ਜੰਗਲਾਂ ਬਾਰੇ ਅਤੇ ਜੰਗਲਾਂ ਦੇ ਸਹਾਰੇ ਜੀਵਨ ਗੁਜ਼ਾਰਨ ਵਾਲੇ ਆਦੀਵਾਸੀ ਲੋਕਾਂ ਬਾਰੇ ਵੀ ਬਾਰੇ ਸੀ ਮੇਰੇ ਲਈ ਜੰਗਲਾਂ ਬਾਰੇ ਜਾਣਕਾਰੀ ਇੱਕ ਨਵੀਂ ਗੱਲ ਸੀ ਕਿਉਂਕਿ ਸਾਡੇ ਰਾਜ ਪੰਜਾਬ ਵਿੱਚ ਜੰਗਲ ਨਾ ਮਤਰ ਹਨ ਇਹ ਫਿਲਮਾਂ ਭਾਰਤ ਦੇ ਅਲੱਗ-ਅਲੱਗ ਰਾਜਾਂ ਨਾਲ ਸੰਬੰਧਿਤ ਸੀ ਇਸ ਫਿਲਮ ਰਾਹੀਂ ਜੋ ਕੁਝ ਮੈਂ ਜਾਣਿਆ ਜਾਂ ਸਿੱਖਿਆ ਹੈ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੰਗਲਾਂ ਤੋਂ ਭਾਵ ਕੇਵਲ ਕਿਸੇ ਵਿਸ਼ਾਲ ਸਥਾਨ ਉੱਤੇ ਸੰਘਣੇ ਰੂਪ ਵਿੱਚ ਉੱਗੇ ਹੋਏ ਰੁੱਖ ਪੌਦੇ ਨਹੀਂ ਸਗੋਂ ਝਾੜੀਆਂ ਜੰਗਲੀ ਜੀਵ ਜੰਤੂ ਅਤੇ ਇੱਥੇ ਬਸਣ ਵਾਲੇ ਆਦੀਵਾਸੀ ਵੀ ਜੰਗਲਾਂ ਦਾ ਹੀ ਹਿੱਸਾ ਹਨ ਬੱਚਿਓ ਜੰਗਲ ਕੀ ਹੁੰਦਾ ਹੈ ਕਿ ਕਿ ਇੱਕ ਥਾਂ ਤੇ ਮਤਲਬ ਬਹੁਤ ਘਣੇ ਰੁੱਖ ਹੋਣ ਝਾੜੀਆਂ ਜੰਗਲੀ ਜੀਵ ਜੰਤੂ ਜਿਹੜੇ ਆਦੀਵਾਸੀ ਜੰਗਲਾਂ ਵਿੱਚ ਰਹਿੰਦੇ ਹਨ ਉਹ ਵੀ ਇੱਕ ਜੰਗਲਾਂ ਦਾ ਹੀ ਹਿੱਸਾ ਹੁੰਦੇ ਹਨ ਭਾਰਤ ਦੇ ਕਈ ਰਾਜਾਂ ਜਿਵੇਂ ਆਂਧਰਾ ਪ੍ਰਦੇਸ਼ ਵਿਹਾਰ ਛੱਤੀਸਗੜ੍ਹ ਓਡੀਸਾ ਝਾਰਖੰਡ ਮੱਧ ਪ੍ਰਦੇਸ਼ ਮਨੀਪੁਰ ਅੰਡੇਮਾਨ ਅਤੇ ਨਿਕੋਬਾਰ ਆਦੀ ਵਿੱਚ ਵਿਸ਼ਾਲ ਜੰਗਲ ਹਨ ਇਨ੍ਹਾਂ ਜੰਗਲਾਂ ਵਿੱਚ ਰਹਿਣ ਵਾਲੇ ਲੋਕ ਆਦੀਵਾਸੀ ਅਖਵਾਉਂਦੇ ਹਨ ਬੱਚਿਓ ਜਿਹੜੇ ਲੋਕੀ ਜੰਗਲਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਕੀ ਕਹਿੰਦੇ ਆਪਾਂ ਆਦੀਵਾਸੀ ਕਹਿੰਦੇ ਹਨ ਸਾਡੇ ਭਾਰਤ ਵਿੱਚ ਬਹੁਤ ਸਾਰੀਆਂ ਆਦੀਵਾਸੀ ਜਾਤੀਆਂ ਹਨ ਆਓ ਕੁਝ ਆਦੀਵਾਸੀ ਜਾਤੀਆਂ ਅਤੇ ਉਹਨਾਂ ਦੇ ਖੇਤਰਾਂ ਬਾਰੇ ਜਾਣੀਏ ਬੱਚਿਓ ਰਾਜ ਕਿਹੜੇ-ਕਿਹੜੇ ਰਾਜ ਵਿੱਚ ਆਦਿਵਾਸੀ ਜਾਤੀ ਕਿਹੜੀ ਹੈਗੀ ਇਹ ਆਪਾਂ ਪੜਾਂਗੇ ਮਣੀਪੁਰ ਮਣੀਪੁਰ ਵਿੱਚ ਬੱਚਿਓ ਮਰਮ ਅਤੇ ਚੀਰੂ ਇਹ ਆਦਿਵਾਸੀ ਜਾਤੀ ਹੈ ਅਸਾਮ ਵਿੱਚ ਬੋਡੋਸ Rajasthan ਵਿੱਚ ਕੀ ਹੈ ਭੀਲ ਜਾਤੀ ਜਿਹੜੀ ਹੈ ਉਹ ਆਦਿਵਾਸੀ ਜਾਤੀ ਹੈ ਮੱਧ ਪ੍ਰਦੇਸ਼ ਵਿੱਚ ਗੋੰਡ ਤੇ ਝਾਰਖੰਡ ਵਿੱਚ ਮੁੰਡਾ ਜਿਹੜੀ ਜਾਤੀ ਹੈ ਉਹ ਆਦਿਵਾਸੀ ਜਾਤੀਆਂ ਹਨ ਆਦਿਵਾਸੀ ਲੋਕਾਂ ਦਾ ਪੂਰਾ ਜੀਵਨ ਜੰਗਲਾਂ ਨਾਲ ਜੁੜਿਆ ਹੁੰਦਾ ਹੈ ਬੱਚਿਓ ਦੇਖੋ ਆਦਿਵਾਸੀ ਲੋਕ ਲੋਕ ਹਨ ਇਹ ਲੋਕ ਆਪਣੇ ਭੋਜਨ ਦਾ ਪ੍ਰਬੰਧ ਜੰਗਲਾਂ ਤੋਂ ਕਰਦੇ ਹਨ ਬਹੁਤ ਸਾਰੇ ਜੰਗਲੀ ਫਲ ਪੱਤੇ ਜੜ੍ਹਾਂ ਅਤੇ ਜੰਗਲੀ ਜਾਨਵਰ ਇਹਨਾਂ ਦੇ ਭੋਜਨ ਦਾ ਹਿੱਸਾ ਬਣਦੇ ਹਨ ਇਹ ਲੋਕ ਸ਼ਿਕਾਰ ਲਈ ਭਾਲੇ ਤੀਰ ਕਮਾਨ ਆਦਿ ਦੀ ਵਰਤੋਂ ਜਿਆਦਾ ਕਰਦੇ ਹਨ ਇਹ ਆਦੀਵਾਸੀ ਲੋਕ ਜੰਗਲਾਂ ਤੋਂ ਪ੍ਰਾਪਤ ਬਹੁਤ ਸਾਰੀਆਂ ਜੜੀ ਬੂਟੀਆਂ ਨਾਲ ਹੀ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਇਹ ਲੋਕ ਜੰਗਲਾਂ ਤੋਂ ਪ੍ਰਾਪਤ ਪਦਾਰਥਾਂ ਤੋਂ ਕਈ ਮਹੱਤਵਪੂਰਨ ਵਸਤਾਂ ਤਿਆਰ ਕਰਦੇ ਹਨ ਜਿਵੇਂ ਪੱਤਿਆਂ ਤੋਂ ਪਤਲਾ ਬਾਸ ਤੋਂ ਫਰਨੀਚਰ ਅਤੇ ਸਜਾਵਟੀ ਵਸਤਾਂ ਤਿਆਰ ਕਰਦੇ ਹਨ ਕੁਝ ਹੋਰ ਪਦਾਰਥ ਜਿਵੇਂ ਬੀਜ, ਗਿਰੀਆਂ, ਗੂੰਦ, ਪਸ਼ੂਆਂ ਦਾ ਚਾਰਾ, ਸ਼ਹਿਦ ਅਤੇ ਬਾਲਣ ਆਦਿ ਦਾ ਮੁੱਖ ਸਰੋਤ ਵੀ ਜੰਗਲ ਹੀ ਹਨ। ਅੱਜਕੱਲ ਇਹ ਲੋਕ ਇਹਨਾਂ ਵਸਤੂਆਂ ਦਾ ਵਪਾਰ ਵੀ ਕਰ ਰਹੇ ਹਨ। ਐਕਟੀਵਿਟੀ ਆ ਬੱਚਿਓ ਤੁਸੀਂ ਬਾਸ ਦਾ ਪੌਦਾ ਜ਼ਰੂਰ ਦੇਖਿਆ ਹੋਵੇਗਾ ਤੇ ਹੇਠਾਂ ਦਿੱਤੇ ਖਾਲੀ ਸਥਾਨ ਵਿੱਚ ਬਾਸ ਦੇ ਪੌਦੇ ਦਾ ਚਿੱਤਰ ਬਣਾਉਣਾ ਹੈ ਬੱਚਿਓ। ਆ ਆਪਣੇ ਜਾਪਕ ਦੇ ਬਜ਼ੁਰਗਾਂ ਤੋਂ ਪਤਾ ਕਰਕੇ ਲਿਖੋ ਕਿ ਬਾਸ ਤੋਂ ਕੀ ਬਣਦਾ ਹੈ ਬੱਚਿਓ ਬਾਸ ਤੋਂ ਟੋکریاں ਬਣਦੀਆਂ ਹਨ ਸੀੜੀ ਬਣਦੀ ਹੈ ਹੋਰ ਬਾਸ ਤੋਂ ਕਈ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਹਨ ਬੱਚਿਓ ਤੁਸੀਂ ਇੱਥੇ ਲਿਖਣੀਆਂ ਹਨ ਹਾਂ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਜੰਗਲ ਬੜੀ ਤੇਜ਼ੀ ਨਾਲ ਕੱਟੇ ਜਾ ਰਹੇ ਹਨ ਜੰਗਲਾਂ ਦੀ ਅਨੇਕਾ ਕਟਾਈ ਦੇ ਬਹੁਤ ਨੁਕਸਾਨ ਹਨ ਬੱਚਿਓ ਦੇਖੋ ਕਿੰਦਾ ਜੰਗਲਾਂ ਨੂੰ ਕੱਟਿਆ ਜਾ ਰਿਹਾ ਹੈ ਜੰਗਲਾਂ ਦੀ ਕਟਾਈ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਕਟਾਈ ਕਾਰਨ ਜੰਗਲੀ ਜੀਵਾਂ ਦੇ ਨਿਵਾਸ ਸਥਾਨ ਖਤਮ ਹੋ ਰਹੇ ਹਨ। ਨੰਬਰ 2 ਤੇ ਕੀ ਹੈ ਬੱਚਿਓ? ਧਰਤੀ ਦੇ ਲਗਭਗ 70% ਜੀਵ ਜੰਤੂ ਅਤੇ ਪੌਦੇ ਜੰਗਲਾਂ ਵਿੱਚ ਹੀ ਵਧਦੇ-ਫੁੱਲਦੇ ਹਨ। ਜੰਗਲਾਂ ਦੀ ਕਟਾਈ ਕਾਰਨ ਜੀਵ ਜੰਤੂਆਂ ਅਤੇ ਪੌਦਿਆਂ ਦੀਆਂ ਕਈ ਜਾਤੀਆਂ ਖਤਮ ਹੋ ਗਈਆਂ ਹਨ ਜਾਂ ਖਤਮ ਹੋਣ ਦੇ ਕਿਨਾਰੇ ਹਨ। ਨੰਬਰ 3 ਬੱਚਿਓ ਕੀ ਨੁਕਸਾਨ ਹਨ ਜੰਗਲ ਕੱਟਣ ਦੇ ਜੰਗਲਾਂ ਦੀ ਕਟਾਈ ਕਾਰਨ ਉਸ ਸਥਾਨ ਦੇ ਤਾਪਮਾਨ ਵਿੱਚ ਵੀ ਤਬਦੀਲੀ ਆ ਜਾਂਦੀ ਹੈ ਜੋ ਉੱਥੋਂ ਦੇ ਪੌਦਿਆਂ ਅਤੇ ਜੀਵਾਂ ਲਈ ਬਹੁਤ ਹਾਨੀਕਾਰਕ ਸਾਬਤ ਹੁੰਦੀ ਹੈ ਨੰਬਰ 4 ਤੇ ਬੱਚਿਓ ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਬੰਨ ਕੇ ਰੱਖਦੀਆਂ ਹਨ ਅਤੇ ਇਹਨਾਂ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ ਪਰੰਤੂ ਜੰਗਲਾਂ ਦੀ ਕਟਾਈ ਕਾਰਨ ਧਰਤੀ ਦੀ ਉਪਰਲੀ ਪਰਤ ਕਮਜ਼ੋਰ ਹੋ ਕੇ ਖੁਰਨ ਲੱਗਦੀ ਹੈ ਜਿਸ ਨੂੰ ਭੌਂਖੋਰ ਕਿਹਾ ਜਾਂਦਾ ਹੈ ਨੰਬਰ 5 ਦੇ ਕੀ ਨੁਕਸਾਨ ਹੋਏਗਾ ਬੱਚਿਓ ਜੰਗਲਾਂ ਨੂੰ ਕੱਟਣ ਤੇ ਜੰਗਲਾਂ ਦੀ ਕਟਾਈ ਕਾਰਨ ਆਦੀਵਾਸੀ ਲੋਕਾਂ ਦਾ ਜੀਵਨ ਮੁਸ਼ਕਲ ਵਿੱਚ ਪੈ ਜਾਂਦਾ ਹੈ ਛੇਵਾਂ ਨੁਕਸਾਨ ਹੈ ਬੱਚਿਓ ਜੰਗਲਾਂ ਦੀ ਕਟਾਈ ਕਾਰਨ ਭੋਜਨ ਜਾਲ ਤੇ ਭੋਜਨ ਲੜੀ ਵੀ ਪ੍ਰਭਾਵਿਤ ਹੁੰਦੀ ਹੈ ਨੰਬਰ 7 ਇਸ ਕਾਰਨ ਜਲ ਚੱਕਰ ਨੂੰ ਨੁਕਸਾਨ ਪਹੁੰਚਦਾ ਹੈ ਬਾਣ ਮਹਾਸਵ ਜੁਲਾਈ ਦੇ ਪਹਿਲੇ ਹਫਤੇ ਬਨਾਇਆ ਜਾਂਦਾ ਹੈ ਤੇ ਇਸ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾਵੇ ਅਧਿ ਆਦੀਵਾਸੀ ਲੋਕ ਜੰਗਲਾਂ ਨੂੰ ਬਹੁਤ ਪਿਆਰ ਕਰਦੇ ਹਨ ਜੰਗਲਾਂ ਤੋਂ ਬਿਨਾ ਆਦੀਵਾਸੀ ਲੋਕਾਂ ਨੂੰ ਆਪਣਾ ਜੀਵਨ ਅਸੰਭਵ ਜਾਪਦਾ ਹੈ ਪਿਆਰੇ ਬੱਚਿਓ ਪੰਜਾਬ ਵਿੱਚ ਜੰਗਲ ਬਹੁਤ ਘੱਟ ਹਨ ਸਾਨੂੰ ਇਸ ਕਾਰਟ ਨੂੰ ਪੂਰਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਸਾਡੇ ਆਲੇ-ਦੁਆਲੇ ਜਿਹੜੀ ਖਾਲੀ ਥਾਂ ਹੋਵੇ ਉੱਥੇ ਰੁੱਖ ਲਗਾਉਣੇ ਚਾਹੀਦੇ ਹਨ ਰੁੱਖ ਲਗਾਉਣ ਤੋਂ ਪਹਿਲਾਂ ਸਹੀ ਸਥਾਨ ਦੀ ਚੋਣ ਅਤੇ ਤੁਹਾਡੇ ਖੇਤਰ ਮੁਤਾਬਕ ਸਹੀ ਪੌਦੇ ਦੀ ਚੋਣ ਜ਼ਰੂਰੀ ਹੈ ਪੌਦੇ ਅਜਿਹੇ ਚੁਣੋ ਜਿਹੜੇ ਤੁਹਾਡੇ ਖੇਤਰ ਦੀ ਭੂਮੀ ਲਈ ਅਤੇ ਲੋਕਾਂ ਲਈ ਲਾਭਦਾਇਕ ਹੋਣ ਪਾਵੇਂ ਪੰਜਾਬ ਵਿੱਚ ਜੰਗਲ ਨਾ ਮਾਤਰੀ ਹਨ ਪਰ ਜੰਗਲਾਂ ਤੋਂ ਮਿਲਣ ਵਾਲੇ ਪਦਾਰਥਾਂ ਦੀ ਵਰਤੋਂ ਪੰਜਾਬ ਵਿੱਚ ਵੀ ਬਹੁਤ ਹੁੰਦੀ ਹੈ ਜਿਵੇਂ ਦਵਾਈਆਂ ਵਜੋਂ ਵਰਤੀਆਂ ਜਾਣ ਵਾਲੀਆਂ ਜੜੀ ਬੂਟੀਆਂ ਘਰ ਦੀ ਉਸਾਰੀ ਵੇਲੇ ਅਤੇ ਫਰਨੀਚਰ ਬਣਾਉਣ ਲਈ ਵਰਤੀ ਜਾਣ ਵਾਲੀ ਬਹੁਤੀ ਲੱਕੜ ਆਦੀ ਇਹ ਸਭ ਵਸਤੂਆਂ ਦੂਰ ਦਰਾਡੇ ਦੇ ਜੰਗਲਾਂ ਵਿੱਚੋਂ ਪੰਜਾਬ ਵਿੱਚ ਆਉਂਦੀਆਂ ਹਨ ਕੀ ਕੁਝ ਰੁੱਖ ਅਜੇ ਵੀ ਹੋ ਸਕਦੇ ਹਨ ਜੋ ਸਾਡੇ ਖੇਤਰ ਲਈ ਨੁਕਸਾਨ ਦੇ ਨੁਕਸਾਨਦਾਇਕ ਹੋਣ ਆਉ ਜਾਣੀਏ ਸਫੇਦਾ ਬੱਟਿਓ ਇੱਕ ਅਜਿਹਾ ਰੁੱਖ ਹੈ ਜੋ ਬਹੁਤ ਤੇਜ਼ੀ ਨਾਲ ਵਧਦਾ ਹੈ ਇਸ ਦੀ ਲੱਕੜ ਦੀ ਵਰਤੋਂ ਕਾਗਜ਼ ਅਤੇ ਖੇਡਾਂ ਦਾ ਸਮਾਨ ਬਣਾਉਣ ਲਈ ਕੀਤੀ ਜਾਂਦੀ ਹੈ ਸਫੇਦਾ ਭਾਰਤੀ ਰੁੱਖ ਨਹੀਂ ਹੈ मूल रूप ਵਿੱਚ ਆਸਟ੍ਰੇਲੀਆ ਦਾ ਪੈਦਾ ਹੈ ਇਸ ਦੀਆਂ ਕਰੀਬ 700 ਕਿਸਮਾਂ ਹਨ ਮੌਜੂਦਾ ਸਮੇਂ ਵਿੱਚ ਸਫੇਦਾ ਪੰਜਾਬ ਦੀ ਧਰਤੀ ਲਈ ਹਾਨੀਕਾਰਕ ਹੈ ਕਿਉਂਕਿ ਇਹ ਪੌਦਾ ਬਦਨ ਫੁੱਲਣ ਲਈ ਬਹੁਤ ਸਾਰੇ ਪਾਣੀ ਦੀ ਵਰਤੋਂ ਕਰਦਾ ਹੈ ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਵੀ ਕੱਟ ਜਾਵੇਗਾ ਇਸ ਪੌਦੇ ਨੂੰ ਸੇਮ ਵਾਲੇ ਖੇਤਰਾ ਵਿੱਚ ਲਾਇਆ ਜਾ ਸਕਦਾ ਹੈ ਹਾਂ ਬੱਚੋ ਹੈ ਸਫੇਦੇ ਦਾ ਰੁਕ ਹੈ ਜੰਗਲਾਂ ਨੂੰ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਆਓ ਸੋਚੀਏ ਸਭ ਤੋਂ ਪਹਿਲਾਂ ਬੱਚਿਓ ਰੁੱਖਾਂ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਜਿਵੇਂ ਕਾਗਜ਼ ਆਦਿ ਦੀ ਵਰਤੋਂ ਕਰਕੇ ਜੰਗਲਾਂ ਨੂੰ ਬਚਾਇਆ ਜਾ ਸਕਦਾ ਹੈ ਲੱਕੜ ਦੀ ਸੰਜੋਨਾ ਵਰਤੋਂ ਕਰਕੇ ਵਧਦੀ ਹੋਏ ਵਾਦੀ ਦੀ ਰਿਹਾਇਸ਼ ਦੇ ਪ੍ਰਬੰਧ ਲਈ ਜੰਗਲਾਂ ਦੀ ਕਟਾਈ ਦੀ ਥਾਂ ਬਦਲਵੇਂ ਪ੍ਰਬੰਧ ਕਰਕੇ ਖੇਤੀਬਾੜੀ ਲਈ ਜ਼ਮੀਨ ਦੀ ਵੱਧ ਰਹੀ ਜ਼ਰੂਰਤ ਨੂੰ ਪੂਰਾ ਕਰਨ ਲਈ ਜੰਗਲਾਂ ਦੀ ਕਟਾਈ ਕਰਨ ਦੀ ਥਾਂ ਫਸਲਾਂ ਦੇ ਵੱਧ ਉਤਪਾਦਨ ਲਈ ਨਵੀਆਂ ਖੋਜਾਂ ਅਦੇ ਤਕਨੀਕਾ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ ਖਾਣ ਜੋਗ ਪਦਾਰਥਾਂ ਨੂੰ ਵਿਅਰਥ ਨਹੀਂ ਗਾਉਣਾ ਚਾਹੀਦਾ ਹੈ ਵਿਚਵਾਸੀ ਸਾਡਾ ਲੈਸਨ ਜੰਗਲ ਅਤੇ ਜੀਵਨ ਯਾਦ ਰੱਖਣੀਓ ਗੱਲਾਂ ਕੀ ਹੈ ਪੰਜਾਬ ਵਿੱਚ ਜੰਗਲ ਬਹੁਤ ਘੱਟ ਹਨ ਆਦੀਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਹਨ ਆਦੀਵਾਸੀ ਲੋਕ ਬਿਮਾਰੀਆਂ ਦਾ ਇਲਾਜ ਜੜੀ ਬੂਟੀਆਂ ਨਾਲ ਕਰਦੇ ਹਨ ਧਰਤੀ ਦੀ ਉਪਲੀਪਾਤ ਦਾ ਖੁਰਨਾ ਭੋਂਕ ਖੋਰ ਅਖਵਾਉਂਦਾ ਹੈ ਸਫੇਦਾ ਮੂਲ ਰੂਪ ਵਿੱਚ ਆਸਟ੍ਰੇਲੀਆ ਦਾ ਰੋਖ ਹੈ ਆਓ ਅਭਿਆਸ ਕਰੀਏ ਖਾਲੀ ਥਾਵਾਂ ਪਰ ਨਿਯਮ ਬੱਚਿਓ ਪਹਿਲੇ ਨਿਵਾਸ ਸਥਾਨ ਮਿੱਟੀ ਸੱਤਰ ਆਦੀਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਹਨ ਕਿਹੜੇ ਲੋਕ ਜੰਗਲਾਂ ਵਿੱਚ ਰਹਿੰਦੇ ਬੱਚਿਓ ਆਦੀਵਾਸੀ ਕੀ ਆਏਗਾ ਇੱਥੇ ਆਦੀਵਾਸੀ ਧਰਤੀ ਦੇ ਲਗਭਗ ਕਿੰਨੇ ਪ੍ਰਸੰਨ ਜੀਵ ਜੰਤੂ ਅਤੇ ਪੌਦੇ ਜੰਗਲਾਂ ਵਿੱਚ ਰਹਿੰਦੇ ਹਨ ਬੱਚਿਓ 70% ਰੁੱਖਾਂ ਦੀਆਂ ਜੜਾਂ ਨੂੰ ਬਣ ਕੇ ਰੱਖਦੀਆਂ ਕਿਨੂੰ ਬਣ ਕੇ ਰੱਖਦੀਆਂ ਹਨ ਮਿੱਟੀ ਨੂੰ ਮਿੱਟੀ ਨੂੰ ਬਣ ਕੇ ਰੱਖਦੀਆਂ ਹਨ ਜੰਗਲਾਂ ਦੀ ਕਟਾਈ ਨਾਲ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਰਹੇ ਹਨ ਅਗਿਆ ਬੱਚਿਓ ਪ੍ਰਸ਼ਨ ਦੂਜਾ ਸਹੀ ਕਥਨ ਹੈ ਟਿੱਕ ਅਤੇ ਗਲਤ ਅੱਗੇ ਕਰਾਸ ਦਾ ਨਿਸ਼ਾਨ ਲਗਾਓ ਪੰਜਾਬ ਵਿੱਚ ਬਹੁਤ ਜ਼ਿਆਦਾ ਜੰਗਲਾਂ ਨੂੰ ਬਿਲਕੁਲ ਗਲਤ ਹੈ ਬੱਚਿਓ ਬਹੁ ਘੱਟ ਜੰਗਲ ਹਨ ਸਾਨੂੰ ਜੰਗਲਾਂ ਨੂੰ ਨਹੀਂ ਕੱਟਣਾ ਚਾਹੀਦਾ ਬਿਲਕੁਲ ਠੀਕ ਹੈ ਆਦੀਵਾਸੀ ਜਿਹੜੀ ਬੂਟੀਆਂ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਹਨ ਬਿਲਕੁਲ ਠੀਕ ਹੈ ਬੱਚਿਓ ਜੰਗਲਾਂ ਦੀ ਕਟਾਈ ਨਾਲ ਜਲ ਚੱਕਰ ਪ੍ਰਭਾਵਿਤ ਹੋ ਰਿਹਾ ਹੈ ਠੀਕ ਹੈ ਸਫੇਦੇ ਦੇ ਰੁੱਖ ਨੂੰ ਵਧਣ ਫੁੱਲਣ ਲਈ ਬਹੁਤ ਘੱਟ ਪਾਣੀ ਦੀ ਲੋੜ ਨਹੀਂ ਬਿਲਕੁਲ ਗਲਤ ਹੈ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਇਸ ਲਈ ਇਹ ਗਲਤ ਹੈ ਬੱਚੇ ਮਿਲਾਨ ਕਰਨਾ ਹੈ ਰਾਜ ਦਿੱਤੇ ਹੈ ਆਦੀਵਾਸੀ ਜਾਤੀਆਂ ਹੈ ਅਸਾਮ ਚ ਕਿਹੜੀ ਜਾਤੀ ਰਹਿੰਦੀ ਹੈ ਬੱਚੋ ਆਦੀਵਾਸੀ ਬੋਡੋਸ Rajasthan ਵਿੱਚ ਬੱਚੇਓ ਭੀਲ ਮਧ ਪ੍ਰਦੇਸ਼ ਗੋੰਡ ਤੇ ਚਾਰਖੰਡ ਵਿੱਚ ਮੁੰਡਾ ਆਦੀਵਾਸੀ ਜਾਤੀ ਰਹਿੰਦੀ ਹੈ ਜੰਗਲਾਂ ਤੋਂ ਕੀ ਭਾਵ ਹੈ ਜੰਗਲਾਂ ਤੋਂ ਭਾਵ ਕਿਸੇ ਵਿਸ਼ਾਲ ਥਾਨ ਉੱਤੇ ਸੰਘਣੇ ਰੂਪ ਵਿੱਚ ਉੱਗੇ ਰੁੱਖ ਝਾੜੀਆਂ ਪੌਦੇ ਆਦਿ ਤੋਂ ਹੈ ਜੰਗਲੀ ਜੀਵ ਜੰਤੂ ਅਤੇ ਜੰਗਲਾਂ ਵਿੱਚ ਰਹਿਣ ਵਾਲੇ ਆਦੀਵਾਸੀ ਵੀ ਜੰਗਲਾਂ ਦਾ ਹੀ ਹਿੱਸਾ ਹੁੰਦੇ ਹਨ ਇਹ ਕੀ ਆ ਬੱਚਿਓ ਜੰਗਲ ਆਦੀਵਾਸੀ ਕੌਣ ਹਨ ਬੱਚਿਓ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਦੀਵਾਸੀ ਕਿਹਾ ਜਾਂਦਾ ਹੈ ਇਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜੰਗਲਾਂ ਉੱਤੇ ਨਿਰਭਰ ਕਰਦੇ ਹਨ ਪੰਜਾਬ ਵਿੱਚ ਜੰਗਲਾਂ ਦੀ ਘਾਟ ਪੂਰੀ ਕਰਨ ਲਈ ਅਸੀਂ ਕੀ ਇਹ ਤਨ ਕਰ ਸਕਦੇ ਹਾਂ ਬੱਚਿਓ ਸਾਡੇ ਆਲੇ ਦੁਆਲੇ ਜਿਹੜੀ ਖਾਲੀ ਥਾਂ ਹੋਵੇ ਉੱਥੇ ਰੁੱਖ ਲਗਾਉਣੇ ਚਾਹੀਦੇ ਹਨ ਰੁੱਖ ਖੇਤਰ ਦੀ ਭੂਮੀ ਇਨਸਾਰ ਲਗਾਉਣੇ ਚਾਹੀਦੇ ਹਨ ਸਾਨੂੰ ਕਾਗਜ਼ ਦੀ ਘੜ ਤੋਂ ਘੜ ਵਰਤੋਂ ਕਰਨੀ ਚਾਹੀਦੀ ਹੈ ਅਗਲਾ ਬੱਚਿਓ ਕੋਈ ਪੌਦਾ ਲਗਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ ਪੌਦੇ ਖਾਲੀ ਥਾਂ ਤੋਂ ਲਗਾਉਣੇ ਚਾਹੀਦੇ ਹਨ ਸਾਨੂੰ ਉਹ ਪੌਦੇ ਲਗਾਉਣੇ ਚਾਹੀਦੇ ਹਨ ਜਿਹੜੇ ਸਾਡੇ ਲਈ ਲਾਭਦਾਇਕ ਹੋਣ ਲਾਸਟ ਟਾਈਮ ਬੱਚਿਓ ਜੰਗਲਾਂ ਨੂੰ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਸਾਨੂੰ ਲੱਕੜ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਸਾਨੂੰ ਕਾਗਜ਼ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ ਜੰਗਲਾਂ ਦੀ ਅਣੇਵਾ ਕਟਾਈ ਨਹੀਂ ਕਰਨੀ ਚਾਹੀਦੀ ਹੈ ਲੋੜ ਅਨੁਸਾਰ ਹੀ ਰੁੱਖਾਂ ਨੂੰ ਕੱਟਣਾ ਚਾਹੀਦਾ ਹੈ ਜ਼ਿਆਦਾ ਰੁੱਖ ਨਹੀਂ ਕੱਟਣੇ ਚਾਹੀਦੇ ਹਨ ਬੱਚਿਓ ਆਸੀ ਸਾਡਾ ਲੈਸਨ